ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਿੰਡ ਸੈਦੋਗਾ ਦੇ ਵਿੱਚੋਂ ਬੋਲ ਰਿਹਾ, ਕਬੱਡੀ ਪਲੇਅਰ ਬਲਜੀਤ ਸੈਦੋਗਾ। ਸਾਡੇ ਪਿੰਡ ਦੇ ਬਹੁਤ ਵਾਰ ਬੰਦੇ, ਪਿੰਡ ਦੇ ਨੌਜਵਾਨ ਤੇ ਬਜ਼ੁਰਗ ਸਾਡੇ ਨਾਲ ਆ, ਮਾਤਾ ਜੀ ਵੀ ਨਾਲ ਆ। ਕੱਲ ਪੁੱਤੋ ਵਿਖੇ ਜੋ ਕਿ ਕਾਂਡ ਹੋਇਆ ਸੀ, ਵੀਡੀਓ ਸਾਰੇ ਨੇ ਦੇਖੀ, ਉੱਥੇ ਗਏ ਵੀ ਆ। ਸਾਡੇ ਪਿੰਡ ਦੇ ਤਿੰਨ ਮੁੰਡਿਆਂ ਨੇ ਮੋਬਾਈਲ ਖੋਇਆ ਤੇ ਉਹਨਾਂ ਵਿੱਚੋਂ ਇੱਕ ਮੁੰਡਾ ਪੰਮੇ ਦਾ ਖੁਲਾਦਾਰਾਂ ਦਾ ਫੜਿਆ ਗਿਆ। ਦੋ ਮੁੰਡੇ, ਇੱਕ ਦਾ ਮੁੰਡਾ ਬਾਈ ਦਾ ਟੀਟੂ ਘੁਮਿਆਂ ਦਾ, ਇੱਕ ਮੁੰਡਾ ਸੀਗਾ ਨਿੱਕਾ ਦਰਸ਼ੀ ਦਾ ਮੁੰਡਾ ਮਿਸਤਰੀਆਂ ਦਾ ਜਿਹੜਾ ਵੱਜਦੇ ਆ। ਅਸੀਂ ਹੁਣ ਖੜਾ ਉਹਦਾ ਪਿਓ, ਇਹਦਾ ਮੁੰਡਾ ਵੀ ਫੁੱਲ ਸਪਲਾਈ ਦਿੰਦਾ ਪਿੰਡ ਦੇ ਵਿੱਚ ਚਿੱਟੇ ਦੀ ਜਾ ਕੇ। ਅਸੀਂ ਇਹਨੂੰ ਕਿਹਾ ਹੁਣ ਗਾਣੇ ਸਾਹਿਬ ਤੁਸੀਂ ਬੇਦਖਲ ਕਰੂਗਾ, ਬੋਲੋ ਜੀ, ਬੋਲ ਬਈ। ਮੈਂ ਇਹ ਕੰਮ ਕਰੂਗਾ ਤਾਂ ਮੈਂ ਬੇਦਖਲ ਕਰੂੰਗਾ। ਇਹਦਾ ਮੁੰਡਾ ਸਾਰੇ ਪਿੰਡ ਚ ਘਰੇ ਘਰੋ ਘਰੀ ਜਾ ਕੇ ਫੜਾਉਂਦਾ ਚਿੱਟਾ, ਨਾਲ ਦਰਸ਼ਨ ਦਾ ਮੁੰਡਾ, ਪੰਮੇ ਦਾ ਮੁੰਡਾ, ਰਾਜ ਪੁਲਿਸ ਨੇ ਚੱਕ ਲਿਆ। ਅਸੀਂ ਅੱਜ 2 ਵਜੇ ਸਾਡਾ ਕਾਠਾ ਕਮੇਟੀ ਬਣ ਜਾਣੀ ਆ। ਜੋ ਵੀ ਕੋਈ ਛਡਾਉਣ ਜਾਊਗਾ, ਜੇ ਇਹਨੇ ਆਪਦਾ ਮੁੰਡਾ ਸਾਂਭਿਆ, ਆਪ ਹੀ ਘਰੇ ਆਇਆ ਰੱਖਿਆ, ਜੇ ਸਾਨੂੰ ਨਾ ਦੱਸਿਆ, ਅਸੀਂ ਪਿੰਡ ਦੇ ਵਿੱਚੋਂ ਭਾਂਡਾ ਤਿਆਗ ਦੇਣਾ ਉਹਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਛਡਾਉਣ ਜਾਊਗਾ, ਭਲਾ ਅਕਾਲੀ ਆ, ਭਲਾ ਕਾਂਗਰਸੀ ਆ, ਭਲਾ ਆਮ ਆਦਮੀ ਵਾਲਿਆ, ਭਲਾ ਬਹੁਜਨ ਵਾਲਿਆ, ਅਸੀਂ ਉਹਨਾਂ ਦਾ ਵੀ ਭਾਂਡਾ ਤਿਆਗ ਦੇਣਾ ਤੇ ਨਾਲ ਛਿੱਤਰ ਪਰੇਡ ਵੀ ਹੋਊਗੀ ਬਾਈ। ਅੱਜ ਬਾਹਰੋਂ ਪਿੰਡ ਦੇ ਵਿੱਚ ਸਾਨੂੰ ਦੂਜੇ ਗੇੜੇ ਦੇ ਕਹੋ, ਸਾਡੇ ਸਾਰੇ ਪਾਸੇ ਕੈਮਰੇ ਹਰੇਕ ਰਾਹ ਤੇ ਹੋਰ ਤੇ, ਸਾਨੂੰ ਦੂਜੇ ਗੇੜੇ ਮੋਟਰਸਾਈਕਲ ਮਿਲ ਗਿਆ, ਜਾਂ ਤੀਜੇ ਗੇੜੇ ਸਾਨੂੰ ਪਤਾ ਲੱਗ ਗਿਆ ਸੀ ਬੰਦਾ ਚੱਕ ਕੇ ਬੰਨ ਲੈਣਾ। ਬਾਹਰਲੇ ਪਿੰਡ ਵਾਲੇ ਨੌਜਵਾਨਾਂ ਨੂੰ ਵੀ, ਹੋਰਾਂ ਬੰਦਿਆਂ ਨੂੰ ਵੀ ਬੇਨਤੀ ਆ, ਭਾਈ ਆਪਦਾ ਖਿਆਲ ਰੱਖਿਓ, ਤਾਂ ਅੱਜ ਤੋਂ ਬਾਅਦ ਤੀਜਾ ਗੇੜਾ ਸਾਡੇ ਪਿੰਡ ਚ ਕਿਸੇ ਦਾ ਹੋ ਗਿਆ ਚੱਕ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।